ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ, ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ। ਔਰ ਮੈਂ ਦੇਖ ਰਿਹਾ ਵਾਂ ਕਿ ਮੈਨੂੰ ਕੁਛ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ। 2024 ਚ ਬੀਜੇਪੀ ਜਿੱਤਦੀ ਆ ਤਾਂ 100% ਜਿਹੜਾ ਸੰਵਿਧਾਨ ਆ ਉਹਨੂੰ ਤਰੋੜਿਆ ਮਰੋੜਿਆ ਜਾਏਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ। ਹਜ਼ਾਰ ਹਜ਼ਾਰ ਗੰਨਮੈਨ ਲੈ ਕੇ ਚੱਲਦੇ, 5-5 ਕਰੋੜ ਦੀਆਂ ਗੱਡੀਆਂ, ਸਾਰਾ ਟੱਬਰ ਝੂਟ ਰਿਹਾ ਵਾ। ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਅਤੇ ਰਾਘਵ ਚੱਡਾ ਨੂੰ ਜ਼ੈੱਡ ਪਲੱਸ ਸਿਕਿਉਰਿਟੀਆਂ ਪ੍ਰੋਵਾਈਡ ਕੀਤੀਆਂ, ਹੈਲੀਕਾਪਟਰਾਂ ਦੇ ਜਹਾਜ਼ਾਂ ਚੁਣਦੇ ਜਿਹੜੇ ਕਹਿੰਦੇ ਸੀ। ਵਿਜਿੰਦਰ ਸਿੰਗਲਾ ਜੀ ਦਾ ਫਾਰਮਰ MP ਫਾਰਮਰ ਮਿਨਿਸਟਰ ਪੰਜਾਬ ਔਰ ਨੈਸ਼ਨਲ ਕੋ ਟ੍ਰੈਜਰਰ ਜਿਨ੍ਹਾਂ ਨੇ ਆਪਣੇ ਗ੍ਰਹਿ 'ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੁੰਗਾਰਾ ਔਰ ਹੁਲਾਰਾ ਦਿੱਤਾ ਵਾ। ਔਰ ਅੱਜ ਮੈਂ ਦੇਖ ਰਿਹਾ ਸੀਗਾ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੀ ਕਰੀਮ ਪਹੁੰਚੀ ਹੋਈ ਸੀਗੀ। ਔਰ ਮੇਰੇ ਨਾਲ ਰਾਈਟ ਸਾਈਡ 'ਤੇ ਮੇਰਾ ਛੋਟਾ ਵੀਰ ਬੱਚਿਆਂ ਸਮਾਨ ਦਲਵੀਰ ਸਿੰਘ ਗੋਲਡੀ ਜਿਹੜੇ ਕਿ XMLA ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ ਤਕਰੀਬਨ ਸੁਰਿੰਦਰਪਾਲ ਸਿੰਘ ਜੀ XMLA ਔਰ ਜਸਵਿੰਦਰ ਧੀਮਾਨ ਔਰ ਰਾਹੁਲ ਪੱਠਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ, ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ। ਔਰ ਮੈਂ ਦੇਖ ਰਿਹਾ ਵਾਂ ਕਿ ਮੈਨੂੰ ਕੁਛ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ। ਕਾਂਗਰਸ ਦੇ ਕੇਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਹਦੇ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਿਕਾਰਯੋਗ ਜਿਹੜੇ ਪੰਜਾਬ ਲਈ ਖੜ੍ਹਦੇ ਨੇ, ਜਿਹੜੇ ਸੱਚ ਦੇ ਰਾਹ 'ਤੇ ਖੜ੍ਹਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ। ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀ ਗੁੱਲ ਖਿਲਾਉਣੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਇੱਕ ਉਭਾਰ ਉੱਠਿਆ ਸੀਗਾ, ਇੱਕ ਇਨਕਲਾਬ ਉੱਠਿਆ ਸੀ, ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ। ਉਹ ਸਾਰੇ ਵੀ ਮੇਰੇ ਨਾਲ ਸੰਪਰਕ 'ਚ ਨੇ, ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ 'ਚ। ਮੈਨੂੰ ਲੱਗਦਾ ਵਾ ਕਿ ਔਰਗੈਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ। ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ੍ਹ ਤੋਂ ਗੋਲਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ, ਕਿਉਂਕਿ ਵਾਢੀ ਦੇ ਦਿਨ ਹਨ। ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਧਰ 'ਤੇ ਨਹੀਂ ਜਾ ਰਿਹਾ, ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉੱਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਮਿਲੂ। ਕੱਲ੍ਹ ਅਸੀਂ ਬਰਨਾਲੇ ਜਾ ਰਹੇ ਹਾਂ, ਪਰਸੋਂ ਅਸੀਂ ਲਹਿਰਾ ਜਾ ਰਹੇ ਹਾਂ, ਇਸ ਤਰ੍ਹਾਂ ਨਾਲ ਸੁਨਾਮ ਅਤੇ ਮਲੇਰਕੋਟਲਾ ਔਰ ਬਾਕੀ ਦੇ ਰਹਿੰਦੇ ਹਲਕੇ ਜਿਹੜੇ ਕਵਰ ਕਰਾਂਗੇ, ਜਦ ਨੂੰ ਵਾਢੀ ਕੰਪਲੀਟ ਹੋ ਜਾਏਗੀ ਫਿਰ ਜਾਵਾਂਗੇ। ਕੋਰ ਇਸ਼ੂ ਮੇਰਾ ਇਹ ਆ ਕਿ ਇਹ ਜਿਹੜੀ ਇਲੈਕਸ਼ਨ ਜਿੱਦਾਂ ਸਿੰਗਲਾ ਸਾਹਿਬ ਨੇ ਬਾਹਰ ਕਿਹਾ ਵਾ, ਇਹ ਬੜੀ ਫੈਸਲਾਕੁੰਨ ਇਲੈਕਸ਼ਨ ਹੈ, ਇਹ ਬੜੀ ਇੱਕ ਨਿਰਣਾਇਕ ਇਲੈਕਸ਼ਨ ਹੋਣ ਜਾ ਰਹੀ 2024 ਦੀ। ਇਟ ਇਜ਼ ਗੋਇੰਗ ਟੂ ਡਿਸਾਈਡ ਦ ਫਿਊਚਰ ਆਫ ਇੰਡੀਆ, ਵੈਦਰ ਇੰਡੀਆ ਵਿਲ ਰਿਮੇਨ ਅ ਫੁੱਲ ਫਲੈਜਡ ਡੈਮੋਕ੍ਰੇਸੀ ਔਰ ਵਿਲ ਇਟ ਟਰਨ ਇਨ ਟੂ ਅ ਥਿਓਕ੍ਰੈਟਿਕ ਸਟੇਟ ਔਰ ਸਮਥਿੰਗ ਲਾਈਕ ਪਾਕਿਸਤਾਨ ਔਰ ਮੇ ਬੀ ਬੰਗਲਾਦੇਸ਼ ਔਰ ਮੇ ਬੀ ਇੰਡੋਨੇਸ਼ੀਆ। ਕਿਉਂਕਿ ਅੱਜ BJP ਦਾ ਇਹ ਰਵੱਈਆ ਮੈਂ ਦੇਖ ਰਿਹਾ ਵਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ, ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੂਹਰੇ ਖੜ੍ਹੇ ਨਾ। ਅਗਰ 2024 'ਚ BJP ਜਿੱਤਦੀ ਆ ਤਾਂ 100% ਜਿਹੜਾ ਸੰਵਿਧਾਨ ਆ ਉਹਨੂੰ ਤਰੋੜਿਆ ਮਰੋੜਿਆ ਜਾਏਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿਹਦੇ 'ਚ ਲੋਕਾਂ ਦੇ ਅਧਿਕਾਰ ਅਤੇ ਹਕੂਕ ਖੋਏ ਜਾਣਗੇ, ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ, ਕਾਲੇ ਕਾਨੂੰਨ ਲਿਆਉਂਦੇ ਜਾਣਗੇ। ਔਰ ਜਿੱਦਾਂ ਮੈਂ ਕਿਹਾ ਕਿ ਰੂਸ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਿੱਦਾਂ ਪੁਟਿਨ ਹੈ, ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਾਨ ਦਿੱਤਾ ਵਾ, ਇਸ ਤਰ੍ਹਾਂ ਦਾ। ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼, ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ, ਖਾਸ ਤੌਰ 'ਤੇ ਜਿਹੜੀਆਂ ਮਾਈਨੋਰਿਟੀਜ਼ ਆ ਦੇ ਫੀਲ ਵੈਰੀ ਥਰੈਟਨਡ, ਜਿਹੜੀਆਂ ਘੱਟ ਗਿਣਤੀਆਂ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਸਿੱਖ ਨੇ, ਚਾਹੇ ਈਸਾਈ ਨੇ, ਚਾਹੇ ਜੈਨੀ ਨੇ, ਚਾਹੇ ਬੋਧੀ ਨੇ, ਚਾਹੇ ਦਲਿਤ ਨੇ, ਦੇ ਫੀਲ ਵੈਰੀ ਥਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ। ਇਸ ਕਰਕੇ ਇਸ BJP ਨੂੰ ਰੋਕਣਾ, ਇਹਦੇ ਰੱਥ ਨੂੰ
ਔਰ ਖਾ ਮੈਂ ਕਹਿਣਾ ਚਾਹੁੰਦਾ ਆਪਣੇ ਸੰਗਰੂਰ ਦੇ ਵੋਟਰਸ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਅਲਾਇੰਸ ਰੋਕੇਗਾ? ਇਸ ਨੂੰ ਕੋਈ ਇੰਡੀਵਿਜੁਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ, ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ। ਇਸ ਲਈ ਇੰਡੀਆ ਅਲਾਇੰਸ ਹੀ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ, ਇੱਕ ਧਰਮ ਨਿਰਪੱਖ ਦੇਸ਼ ਰੱਖ ਸਕਦਾ ਵਾ ਔਰ ਇਹਨੂੰ ਅੱਗੇ ਲਿਜਾ ਸਕਦਾ। ਅੱਜ ਵਿਕਸਿਤ ਭਾਰਤ ਦੀ ਗੱਲ ਤਾਂ ਕਰਦੀ ਆ ਬੀਜੇਪੀ, ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕਰੀ ਜਾਂਦੇ ਕਿ 140 ਕਰੋੜ ਆਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਹੇ ਹਾਂ। ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ ਨੀਚੇ ਰਹਿ ਰਿਹਾ ਵਾ, ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ? ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੂਅਰ ਹੈ, ਸਾਡੀ ਮਾਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਹਾਂ ਵਿਸ਼ਵ ਪੱਧਰ ਦੇ ਉੱਤੇ, ਔਰ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨਈਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਹੋ ਗਈ ਆ ਪਿਛਲੇ 10-12 ਸਾਲ ਦੇ ਵਿੱਚ। ਅਮੀਰ ਹੋਰ ਅਮੀਰ ਹੋ ਗਿਆ ਵਾ ਅਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ। ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ, 70% ਵੈਲਥ ਜਿਹੜੀ ਸਰਮਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ, ਅੰਬਾਨੀਆਂ ਦੇ ਕੋਲ, ਅਡਾਨੀਆਂ ਦੇ ਕੋਲ। ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿੱਦਾਂ ਪਿਛਲੇ 5-4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਵਾ। ਇਸ ਲਈ ਔਰ ਕਿਸਾਨ ਔਰ ਪਿਛਲੇ 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ, ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ, ਕਰੋੜਾਂ ਘਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ। ਸੋ ਬੀਜੇਪੀ ਨੂੰ ਰੋਕਣਾ ਕੇਵਲ ਅਤੇ ਕੇਵਲ ਇੰਡੀਆ ਅਲਾਇੰਸ ਹੀ ਰੋਕ ਸਕਦੀ ਹੈ। ਪੰਜਾਬ ਦੀ ਗੱਲ ਕਰ ਲਈਏ ਤਾਂ ਇਹਨਾਂ ਦੀਆਂ ਉਣਤਾਈਆਂ ਤੁਹਾਡੇ ਸਾਹਮਣੇ ਨੇ, ਜੋ VIP ਕਲਚਰ ਦੀ ਗੱਲ ਕਰਦੇ ਸੀ, ਅੱਜ ਕਿੱਦਾਂ ਇਹਨਾਂ ਨੇ ਛਿੱਕੇ 'ਤੇ ਟੰਗ ਦਿੱਤੀ, ਆਪਣੀ ਵਿਚਾਰਧਾਰਾ ਛਿੱਕੇ 'ਤੇ ਟੰਗ ਦਿੱਤੀ ਹੈ। ਹਜ਼ਾਰ ਗੰਨਮੈਨ ਲੈ ਕੇ ਚੜ੍ਹਦੇ ਨੇ, 5-5 ਕਰੋੜ ਦੀਆਂ ਗੱਡੀਆਂ, ਸਾਰਾ ਟੱਬਰ ਝੂਠ ਰਿਹਾ ਵਾ। ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਅਤੇ ਰਾਘਵ ਚੱਡਾ ਨੂੰ Z+ ਸਿਕਿਉਰਿਟੀਆਂ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਹੈਲੀਕਾਪਟਰਾਂ 'ਤੇ ਜਹਾਜ਼ਾਂ 'ਚ ਉੱਡਦੇ, ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲ੍ਹਿਆਂ ਦੀ ਅੱਗ ਨਹੀਂ ਦਿਸਦੀ, ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ, ਉਹ ਕਿਸੇ ਚੁੱਲ੍ਹਾ ਤਾਂ ਛੱਡੋ, ਕਿਸੇ ਕੋਈ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ, ਉਹਨੂੰ ਕੋਈ ਵੀ ਅੱਗ ਨਹੀਂ, ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ, ਉਹਨੂੰ ਕਣਕਾਂ ਦਾ ਖਰਾਬਾ, ਫਸਲਾਂ ਦਾ, ਝੋਨੇ ਦਾ ਖਰਾਬਾ, ਸਾਡੇ ਨਰਮੇ ਦਾ ਖਰਾਬਾ, ਕਿੰਨੂ ਦੀ ਤਬਾਹੀ, ਆਲੂ ਦੀ ਤਬਾਹੀ, ਉਹਨੂੰ ਕੁਛ ਨਹੀਂ ਦਿਸ ਰਿਹਾ ਹੈਗਾ। ਉਹ ਸਿਰਫ ਅਤੇ ਸਿਰਫ ਇੱਕ ਸ਼ਾਨੋ ਸ਼ੌਕਤ ਦੀ ਜ਼ਿੰਦਗੀ। ਔਰ ਜਿੱਥੇ ਕਿਸੇ ਪਿੰਡ ਜਾਣਾ, ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ, ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਹੈਗੀ ਆ, ਪੂਰਾ ਪਿੰਡ ਛਾਉਣੀ 'ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ। ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਤੇ MLAs ਅਤੇ ਮਿਨਿਸਟਰਸ ਨੇ, ਤੁਸੀਂ ਐਂ ਕਰੋ ਬਿਨਾਂ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ, ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਪੋਜੀਸ਼ਨ ਹੈ। ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ, ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ, ਔਰ ਸਨੀ ਅਰੋੜਾ ਕੋਈ ਰੀਅਲ ਸਟੇਟ ਦਾ ਹੈਗਾ ਡੀਲਰ ਲੁਧਿਆਣੇ ਦਾ, ਅਗਰ ਕੈਂਡੀਡੇਟ ਆ, ਹੁਣ ਕੈਂਡੀਡੇਟ ਕਰਦਾਨੇ, ਇੱਕ ਪਾਸੇ ਕਹੀ ਜਾਂਦੇ ਜੀ 13-0 ਕਰਨਾ, ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂ ਗੇ। ਪਰਸੋਂ ਚੌਥ ਇੱਕ ਤਿਤਲੀ ਚੱਕੀ ਆ ਪਵਨ ਟੀਨੂ ਅਕਾਲੀਆਂ ਦੀ, ਉਹ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀਵਾਲ ਲੈ ਗਏ ਰਾਜਕੁਮਾਰ ਚੱਬੇਵਾਲ ਕਾਂਗਰਸ ਦੀ, ਉਹ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ GP ਉੱਥੋਂ ਦੀ ਫਤਿਹਗੜ੍ਹ ਸਾਹਿਬ ਦੀ, ਅਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ, 3 MLA ਖੜੇ ਕਰਤੇ ਅਤੇ 5 ਮਿਨਿਸਟਰ ਖੜੇ ਕਰਤੇ। ਤੁਸੀਂ ਦੇਖਿਆ ਕਦੀ ਪਾਰਟੀ 5 ਮਿਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ? ਦੈਟ ਇਜ਼ ਸੋ ਬੈਂਕਰਪਟ ਆਫ ਕੈਂਡੀਡੇਟਸ। ਔਰ ਮੈਂ ਤੁਹਾਡੇ ਜ਼ਰੀਏ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨੂੰ ਬੇਨਤੀ ਕਰੂੰਗਾ, ਨਾ ਤੁਹਾਡੀ ਰਾਜ ਸਭਾ 'ਚ ਵਾਰੀ ਆਈ ਹੈ, ਨਾ ਪੰਜਾਬ 'ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ। ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਿਆਂਦੀ ਦਿੱਲੀਓਂ ਇਹਨਾਂ ਨੇ ਚੱਕ ਕੇ, ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤਾਂ ਉਹ ਦਿੱਲੀਓਂ ਲਿਆਂਦਾ, ਗੈਰ ਪੰਜਾਬੀ ਆ। ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆਇਆ ਤਾਂ ਉਹ ਦਿੱਲੀਓਂ ਚੱਕ ਲਿਆਂਦਾ, ਗੈਰ ਪੰਜਾਬੀ ਆ। ਨੌਕਰੀਆਂ ਮਿਲਦੀਆਂ ਅਤੇ ਹਰਿਆਣਾ ਅਤੇ ਰਾਜਸਥਾਨ ਲੈ ਜਾਂਦਾ ਵਾ। ਇਸ ਕਰਕੇ ਵਾਲੰਟੀਅਰਸ ਨੂੰ ਤੁਹਾਡੇ ਜ਼ਰੀਏ ਅਪੀਲ ਹੈਗੀ, ਹੱਥ ਜੋੜ ਕੇ ਕਰਦਾ, ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀ ਹੋ, ਪਾਰਟੀ ਪੱਧਰ ਤੋਂ ਉੱਠ ਕੇ 1 ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਮੈਂ ਸਭ ਵਾਸਤੇ ਸਭ ਦੀ ਹਿਫਾਜ਼ਤ ਕਰੂੰਗਾ,
ਇਨਸਾਫ ਪਸੰਦੀ ਦੇ ਨਾਲ ਬਿਨਾਂ ਪਾਰਟੀ ਤੋਂ ਬਿਨਾਂ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਉਂਗਾ। ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਨਾ, ਇਟ ਨੈਵਰ ਪੇਜ਼ ਰਿਜ਼ਲਟਸ। ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ, ਪਾਵਰ ਨੂੰ ਕਦੀ ਦੁਰਉਪਯੋਗ, ਉਹਦਾ ਉਪਯੋਗ ਕਰੋ। ਜਿੱਦਾਂ ਸਿੰਗਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ, PGI ਲੈਣ ਦਾ, ਟਾਟਾ ਮੈਮੋਰੀਅਲ ਹੋਸਪਿਟਲ ਬਣਾ ਦਿੱਤਾ, ਸਪੋਰਟਸ ਸਟੇਡੀਅਮ ਬਣਾ ਦਿੱਤਾ, ਰੇਲ ਨੈਟਵਰਕ ਬਣਾ ਦਿੱਤਾ, ਸੜਕਾਂ ਦਾ ਜਾਲ, ਈਵਨ ਨੈਸ਼ਨਲ ਜਿਹੜੇ ਬਣੇ ਨੇ, ਹਾਈਵੇਜ਼ ਬਣ ਰਹੇ ਨੇ। ਇਹ ਹੈਗਾ ਉਪਯੋਗ ਸੱਤਾ ਦਾ। ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ, ਉਹਦਾ ਨਤੀਜਾ ਇਹ ਹੁੰਦਾ। ਔਰ ਮੇਰੇ ਖਿਲਾਫ਼ ਜਿਹੜੇ ਮਲਟੀਪਲ ਕੇਸਿਸ ਤੁਸੀਂ ਸਾਰੇ ਜਾਣਦੇ ਨੇਗੇ, ਮੇਰੇ ਖਿਲਾਫ਼ ਇਸ ਸਰਕਾਰ ਨੇ 5 ਮੁਕੱਦਮੇ ਦਰਜ ਕੀਤੇ, ਜਦੋਂ ਪਹਿਲੇ 3 ਅੱਜ ਨਹੀਂ ਫੜ ਸਕੀ ਮੈਨੂੰ, ਮੇਰੀਆਂ ਐਂਟੀਸਪੇਟਰੀ ਬੇਲਸ ਹੋ ਗਈਆਂ। ਇਹਨਾਂ ਨੇ ਫਿਰ NDPS ਇੱਕ 9 ਸਾਲ ਪੁਰਾਣਾ, ਜਿਹਦੇ 'ਚ ਭਗਵੰਤ ਮਾਨ ਮੇਰਾ ਮੁਦਈ ਬਣਿਆ, ਔਰ ਪਾਰਲੀਮੈਂਟ 'ਚ ਕਹਿੰਦਾ ਜੀ ਮੈਂ ਮਸਲਾ ਚੁੱਕੂੰਗਾ, ਖਹਿਰਾ ਬੇਗੁਨਾਹ ਵਾਂ, ਉਹਦੇ 'ਚ ਕਰਕੇ ਅੰਦਰ, ਅਤੇ ਜਦੋਂ ਮੈਂ ਛੁੱਟਣ ਲੱਗਿਆ ਉੱਤਰ ਪਾਤ 5ਵਾਂ ਮੁਕੱਦਮਾ ਦਰਜ ਕੀਤਾ। ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਆਉਣ 'ਚ ਇੰਟਰਸਟਿਡ ਨਹੀਂ ਸੀਗਾ। ਮੈਨੂੰ ਲੱਗਦਾ ਪਾਰਟੀ ਨੂੰ ਇਹ ਲੱਗਿਆ, ਹਾਈਕਮਾਂਡ ਨੂੰ, ਕਿ ਇਸ ਬੰਦੇ ਨਾਲ ਬੜਾ ਜ਼ਿਆਦਤੀ ਕੀਤੀ ਯਾਰ ਚੀਫ ਮਿਨਿਸਟਰ ਨੇ, ਅਤੇ ਬੈਸਟ ਓਪੋਨੈਂਟ ਜਿਹੜਾ ਹੈਗਾ, ਵਾਈ ਨੋਟ ਇਹਨੂੰ ਖਹਿਰੇ ਨੂੰ ਫੀਲਡ ਕਰਦੇ ਇਹਦੇ ਮੁਕਾਬਲੇ 'ਤੇ, ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਇਹਦੀ ਬਦਲਾਖੋਰੀ ਦੀ ਰਾਜਨੀਤੀ। ਹਾਂ, ਜਦੋਂ ਲਹਿਰ ਚੱਲੇਗੀ ਨਾ, ਜਦੋਂ ਮੁਹਿੰਮ ਸਾਡੀ ਚੱਲਣੀ ਆ, ਕੁਛ ਤਾਂ ਉੱਪਰਲੀ ਜੁਆਇਨ ਕਰਨਗੇ, ਪਰ ਕੁਛ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ, ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟ ਨਹੀਂ ਪਾਉਣੀ ਇਹਨਾਂ ਨੂੰ ਬਿਲਕੁਲ ਵੀ, ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ। ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜ਼ਿਮਨੀ ਚੋਣ 'ਚ, ਉਦੋਂ ਵੀ ਦਿਮਾਗ ਟਿਕਾਣੇ ਨਹੀਂ ਆਇਆ, ਉਸੇ ਨੀਤੀ 'ਤੇ ਚੱਲੇ ਨੇ। ਔਰ ਕੁਛ ਲੋਕ ਨੇ, ਕੁਛ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡਿਊਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ। ਹਾਂਜੀ, ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਗੇ, ਪੰਜਾਬ ਕਾਂਗਰਸ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਆ, ਔਰ 2 ਸਾਲ ਦਾ ਭਗਵੰਤ ਮਾਨ ਦਾ ਰਵੱਈਆ ਕਾਂਗਰਸ ਦੇ ਕੇਡਰ ਪ੍ਰਤੀ, ਇਕੱਲੇ ਲੀਡਰਾਂ ਪ੍ਰਤੀ ਨਹੀਂ, ਇਕੱਲਾ ਖਹਿਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਡੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ, ਇਹਨਾਂ ਨੇ ਥੱਲੜੇ ਪੱਧਰ 'ਤੇ ਜਾ ਕੇ 13,000 ਸਰਪੰਚ ਨੂੰ ਚੋਰ ਗਰਦਾਨਿਆ ਵਾ। 2 ਸਾਲਾਂ 'ਚ ਕੋਈ ਕੰਮ ਨਹੀਂ ਕਰਨ ਦਿੱਤਾ, ਪੈਸੇ ਪਏ ਸੀ ਪੰਚਾਇਤਾਂ ਦੇ ਕੋਲ, ਨੋਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ। ਸਾਡੇ ਕਾਊਂਸਲਰਾਂ ਦੇ ਉੱਤੇ ਪਰਚੇ, ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ, ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ। ਜਦ ਤੁਸੀਂ ਇਸ ਲੈਵਲ 'ਤੇ ਬਦਲਾਖੋਰੀ ਕਰੋਗੇ, ਤਾਂ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ, 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਤਾਂ ਕਰਕੇ ਸਾਡਾ ਕੋਈ ਸਮਝੌਤਾ ਨਹੀਂ ਗਾ। ਇੰਡੀਆ ਅਲਾਇੰਸ ਵਿੱਚ ਇਹ ਕੀ ਕਰਦੇ ਨੇ, ਦਿੱਲੀ ਗੋਆ, ਦੈਟ ਇਜ਼ ਅਫਕੋਰਸ ਦੀ ਲੀਡਰਸ਼ਿਪਸ ਡਿਸੀਜਨ, ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟਾਗੋਰੀਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ। ਔਰ ਮੈਨੂੰ ਆਸ, ਜਿੱਦਾਂ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13-0, ਇਹ ਪੁੱਠਾ ਹੋਣਾ ਨਤੀਜਾ, ਇਹ 0-13 ਉਹਦੇ ਵਾਸਤੇ ਨਿਕਲੂਗਾ। ਦੇਖੋ, ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ, ਪਰ ਜਿਹੜਾ ਕੇਜਰੀਵਾਲ ਸਾਹਿਬ ਦਾ ਰਵੱਈਆ ਹੈ ਨਾ, ਹੀ ਇਜ਼ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨਰਿਲਾਇਬਲ। ਲੈਟ ਮੀ ਟੈਲ ਯੂ, ਮੈਂ ਉਹਦੇ ਨਾਲ ਕੰਮ ਕੀਤਾ ਹੋਇਆ, ਇਹ ਕੋਈ ਗਾਰੰਟੀ ਨਹੀਂ ਗੀ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਅਲਾਇੰਸ ਵਿੱਚ ਟਿਕਦੇ ਕਿ ਨਹੀਂ ਟਿਕਦੇ, ਕਿਉਂਕਿ ED ਤੋਂ ਅਤੇ CBI ਤੋਂ ਬਹੁਤ ਚਾਲੂ ਹੋਏ ਨੇ, ਡਰ ਬਹੁਤ ਰਹੇ ਨੇ। ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਅਲਾਇੰਸ ਵਿੱਚ ਜਾਣਗੇ, ਇਹ ਤਾਂ ਅੰਤਰ ਤੁਸੀਂ ਸਮਝਦੇ ਹੋ। ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮ 'ਤੇ ਅਤੇ ਆਪਣੇ ਆਪ ਵਿੱਚ, ਇਹ ਮੈਂ ਸਮਝਦਾ ਕਿ ਮੈਨੂੰ ਥੋੜ੍ਹੇ ਦਿਨਾਂ ਤੱਕ ਪਤਾ ਲੱਗਿਆ, ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੇਡਰ ਆ ਉਹ ਬਹੁਤ ਨਿਰਾਸ਼ ਆ, ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ। ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰ ਦੀਆਂ, ਖਰੇ 20-25 ਬੰਦੇ ਬੈਠੇ ਸੀ, ਆਪਰਾ ਜਿਹੜੀ MLA ਤੁਹਾਡੇ ਸੰਗਰੂਰ ਦੀ, ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ, ਮੇਰਾ ਖਿਆਲ ਦੁਕਾਨ ਖੋਲ੍ਹੀ ਹੋਈ ਆ ਹੁਣ ਪੂਰੀ, ਰੱਜ ਕੇ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ, ਕੋਈ ਕਹਿੰਦਾ ਲਫੇੜੇ ਮਾਰਾਂਗੇ। ਇਸ ਕਰਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ। ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ
ਮੈਂ ਜਿੱਦਾਂ ਬਾਹਰ ਕਿਹਾ ਕਿ ਉਹਨੂੰ ਸੁਖਬੀਰ ਨੇ ਬੁੱਕਲ ਵਿੱਚ ਲੈ ਕੇ ਅਤੇ ਉਹਦਾ ਪੋਲੀਟੀਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ, ਪ੍ਰੋਬੇਬਲੀ ਸਮਵੇਅਰ ਅਰਾਊਂਡ ਪਿਛਲੇ ਰਿਜ਼ਲਟ 43-45 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ। ਔਰ ਰਹਿ ਗਏ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ, ਤੁਸੀਂ ਤਾਂ ਬਹੁਤ ਸਿਆਣੇ, ਮੇਰੇ ਨਾਲੋਂ ਸਿਆਣੇ ਹੋ ਜ਼ਿਆਦਾ, ਉਹਨਾਂ ਨੂੰ ਜਦੋਂ 7 ਇਲੈਕਸ਼ਨਾਂ 'ਚੋਂ ਉਹ 2 ਵਾਰੀ ਜਿੱਤੇ, 5 ਵਾਰੀ ਹਾਰੇ ਨੇ, ਜਦ ਵੀ ਉਹਨਾਂ ਨੂੰ ਵੋਟ ਪਈ, ਸਰਕਮਸਟਾਂਸਿਸ, ਮੂਸੇਵਾਲੇ ਦੇ ਪੁੱਤਰ ਦਾ ਕਤਲ, ਦੀਪ ਸਿੱਧੂ ਦਾ ਕਤਲ, ਔਰ ਦੂਸਰੀਆਂ ਪਾਰਟੀਆਂ ਦਾ ਕੇਡਰ, ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਡਰ ਨੀਗਾ, ਉਹ ਜਦੋਂ ਸਵਿੰਗ ਕਰਦਾ ਤਾਂ ਉਹ ਜਿੱਤਦੇ ਨੇ। ਸੋ ਅੱਜ ਦੀ ਡੇਟ ਮੈਂ ਹਾਲੇ ਕਹਿ ਨਹੀਂ ਸਕਦਾ, ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਆ। ਸੰਗਰੂਰ ਵਾਸਤੇ ਨਵੇਂ ਜੀ, ਜਿੱਤਣ ਤੋਂ ਬਾਅਦ ਹੋ ਜਾਂ ਇਲੈਕਸ਼ਨ ਤੋਂ ਬਾਅਦ ਇੱਥੇ ਰਹੋਗੇ ਜਾਂ ਕਿ ਰੁਕੋਗੇ? ਦੇਖੋ, ਮੈਨੂੰ ਤੁਸੀਂ ਮੇਰਾ ਚਿਹਰਾ ਪੜ੍ਹੋ, ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਹਾਂ? ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ, 17 ਕ੍ਰਿਮੀਨਲ ਕੇਸਿਸ ਸਟਰਗਲ ਝੱਲੇ ਨੇ, ਆਪਣੇ ਪਿੰਡੇ 'ਤੇ ਹੰਡਾਏ ਨੇ। ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ 'ਚ ਭੇਜੋਗੇ, ਮੈਂ ਕੋਈ ਕੀ ਕਹਿੰਦੇ ਅਕਿਰਤ ਕਾਣ ਆਦਮੀ ਨੀਗਾ, ਮੈਂ ਪੱਕਾ ਸੰਗਰੂਰ 'ਚ ਰਹੂੰਗਾ। ਹਾਂ, ਮੇਰੇ ਪਿਤਾ ਜੀ, ਜਿੱਦਾਂ ਮੈਂ ਉੱਥੇ ਲੈਕਚਰ 'ਚ ਵੀ ਕਿਹਾ ਸੀਗਾ, ਮੇਰੇ ਪਿਤਾ ਜੀ ਪੁਲਿਸ ਆਫਿਸਰ ਸੀਗੇ, ਸਰਦਾਰ ਚਤਵੰਤ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਜ਼ SSP ਕੌਰੀਆਂ ਪਿੰਡ ਤੋਂ। ਉਹ ਮੇਰੇ ਪਿਤਾ ਜੀ ਦੇ ਚਤਵੰਤ ਸਿੰਘ ਜੀ ਕੋਲੀਗ ਸੀਗੇ। ਹੀ ਵਾਜ਼ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਧੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ। ਕੱਲ੍ਹ ਮੈਨੂੰ ਨਾ ਇੱਕ ਮਿਲੇ ਨੇ SP ਰਿਟਾਇਰਡ, ਜਦੋਂ ਮੈਂ ਗਿਆ ਮੱਥਾ ਟੇਕਣ ਮਸਤੂਆਣਾ ਸਾਹਿਬ, ਉੱਥੇ ਸ਼ਾਇਦ ਉਹਨਾਂ ਦਾ ਨਾਮ SP ਰਿਟਾਇਰਡ ਨੇ, ਬਹੁਤ ਸਾਦੇ ਜਿਹੇ ਬੰਦੇ ਨੇ, ਉਹ ਮੇਰੇ ਪਿਤਾ ਜੀ ਦੇ ਕੁਲੀਗ ਸੀ, ਗਿਆਨੀ ਗੁਰਬਚਨ ਸਿੰਘ ਜੀ, ਉਹ ਸੇਵਾ ਵੀ ਕਰ ਰਹੇ ਸੀ ਉੱਥੇ। ਔਰ ਆਹ ਗੱਲ ਰਹਿ ਚੱਲੀ ਸੀ, ਇਹਨਾਂ ਨੇ ਵੀ ਜ਼ਿਕਰ ਕੀਤਾ, ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀਂਹ ਪੱਥਰ ਰੱਖਾਂਗੇ ਨਾ ਉਹ ਮਿਸਤਰੀਆਂ ਤੋਂ ਰਖਾਇਆ ਕਰਾਂਗੇ, ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ, ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ। 16 ਨੀਂਹ ਪੱਥਰ ਰੱਖੇ ਨੇ ਮੈਡੀਕਲ ਕਾਲਜ, ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ, 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀਂਹ ਪੱਥਰ ਹੀ ਰਹਿ ਗਏ ਨੇ। ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ, ਅਗਰ ਗਵਰਨਮੈਂਟ ਚਾਹੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ, ਅਗਰ SGPC ਨਾਲ ਕੋਈ ਡਿਸਪਿਊਟ ਹੋ ਗਿਆ 1 ਮਿੰਟ ਲਈ ਉਥੋਂ ਦਾ ਤੁਹਾਡੇ ਬਡਰ ਅਵਜਿੰਦਰ ਜੀ ਦਾਦਾ ਸਿੰਘ, ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਇਕੱਲਾ ਨੀਂਹ ਪੱਥਰ ਹੀ ਖੜਾ ਵਾ, ਔਰ 2 ਸਾਲਾਂ ਵਿੱਚ ਕਿਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿਤੇ ਵੀ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਵਾਂ, ਅਤੇ ਕਿਹੜੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਨੇ? ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ, ਤੁਸੀਂ ਆਇਆ, ਧੰਨਵਾਦ। ਥੈਂਕ ਯੂ।